ਥਾਣਾ ਦੀ ਕੈਥਲ ਸਿਟੀ ਥਾਣੇ ਤੋਂ ਆਰੋਪੀ ਨੂੰ ਗ੍ਰਿਫਤਾਰ ਕਰਨ ਆਈ ਪੁਲਿਸ ਟੀਮ ਤੇ ਆਰੋਪੀ ਅਤੇ ਉਸਦੇ ਪਰਿਵਾਰ ਤੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਨੇ। ਜਿਉਂ ਤੋਂ ਦੱਸ ਦੇ ਕਿ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਰਿਆਣਾ ਪੁਲਿਸ ਜਿਨ੍ਹਾਂ ਤੇ ਹਮਲਾ ਹੋਇਆ ਉਹਨਾਂ ਨੇ ਦੱਸਿਆ ਕਿ ਵਿਦੇਸ਼ ਭੇਜਣ ਦੇ ਨਾਮ ਤੇ ਨੌਜਵਾਨ ਵੱਲੋਂ ਠੱਗੀ ਕੀਤੀ ਗਈ ਸੀ ਤੇ ਨੌਜਵਾਨ ਦਾ ਨਾਮ ਸਚਿਨ ਹੈ ਜਿਸ ਨੂੰ ਪਹਿਲਾਂ ਵਾਰੰਟ ਦਿੱਤੇ ਗਏ ਸਨ। ਉਸ ਤੋਂ ਬਾਅਦ ਜਿਹੜੇ ਕਿ ਸੀ ਗ੍ਰਿਫਤਾਰੀ ਨੂੰ ਲੈ ਕੇ ਜਦੋਂ ਇਹ ਇੱਥੇ ਆਏ ਸਨ ਤਾਂ ਉਸਦੇ ਪਰਿਵਾਰ ਅਤੇ ਮੁਲਜ਼ਮ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ। ਉਹਨਾਂ ਦੀ ਗੱਡੀ ਦੀ ਭੰਨ ਤੋੜ ਕੀਤੀ ਗਈ ਹੈ। ਤਾਂ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਦੇ ਥਾਣਾ ਗੁਰੂ ਹਰਸਹਾਏ ਦੇ ਪਿੰਡ ਪੰਜਾ ਗ੍ਰਾਹੀ ਦੇ ਰਹਿਣ ਵਾਲੇ ਸਚਿਨ ਕੁਮਾਰ ਦੇ ਘਰ ਹਰਿਆਣਾ ਪੁਲਿਸ ਜਦੋਂ ਪਹੁੰਚਦੀ ਹੈ ਤਾਂ ਗ੍ਰਿਫਤਾਰੀ ਦੇ ਲਈ ਤਾਂ ਅਚਾਨਕ ਪਰਿਵਾਰ ਸਣੇ ਜੋ ਇਲਜ਼ਾਮ ਲੱਗ ਰਹੇ ਨੇ ਕਿ ਪਰਿਵਾਰ ਸਣੇ ਅਤੇ ਮੁਲਜ਼ਮ ਵੱਲੋਂ ਉਹਨਾਂ 'ਤੇ ਹਮਲਾ ਕਰ ਦਿੱਤਾ ਜਾਂਦਾ। ਸਰ ਜਿਹੜੇ ਹੁਣ ਕੁੱਟਮਾਰ ਵਾਲੇ ਆਏ ਨੇ ਕਿੱਥੋਂ ਦੇ ਸੀ, ਕਿੰਨੇ? ਇਹ ਜੀ ਆਪਣੇ ਕੋਲ ਹਰਿਆਣਾ ਸਟੇਟ ਤੋਂ 4 ਮੁਲਾਜ਼ਮ ਸੀ, 2 ASI ਸੀਗੇ, 2 ਪ੍ਰਾਈਵੇਟ ਜੋਬ ਦੇ ਸੀਗੇ, ASI ਕੁਲਦੀਪ ਸਿੰਘ, ASI ਸੁਰਿੰਦਰ ਅਤੇ ਇੱਕ ਡਰਾਈਵਰ ਰਿੰਕੂ ਅਤੇ ਅਮਿਤ। ਇਹਨਾਂ ਦੇ ਨਾਲ ਜੀ ਲੜਾਈ ਹੋਈ ਹੈ, ਇਹ ਕੋਈ ਮੁਲਜ਼ਮ ਫੜਨ ਆਏ ਸੀ ਗੁਰੂ ਹਰ ਸਾਹਿਬ ਤੋਂ ਅਤੇ ਉਹਨਾਂ ਨਾਲ ਇਹਨਾਂ ਦੀ ਝਪਟ ਹੋਈ ਹੈ ਅਤੇ MLC ਬਾਈ ਹੈਂਡ ਕੱਟ ਕੇ ਮੈਂ ਦਿੱਤੇ ਹੈਗੇ। ਅਗਲੀ ਕਾਰਵਾਈ ਦੇਖਦੇ ਹਾਂ ਕੀ ਹੁੰਦੀ। ਉੱਥੇ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਹਨਾਂ ਦੇ ਕੋਲ ਕੁਝ ਲੋਕ ਆਏ ਨੇ ਜਿਨ੍ਹਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ, ਬਾਕੀ ਜੋ ਵੀ ਕਾਰਵਾਈ ਹੋਵੇਗੀ ਉਸ ਮੁਤਾਬਕ ਪੁਲਿਸ ਨੂੰ ਸਭ ਕੁਝ ਸੂਚਿਤ ਕੀਤਾ ਜਾਵੇਗਾ। ਸਰ ਕੀ ਨਾਮ ਹੈ ਆਪਕਾ? ASI ਸੁਰਿੰਦਰ ਕੁਮਾਰ। ਸਰ ਕੌਣ ਸੇ ਥਾਣੇ ਸੇ ਹੈ? ਚਾਹੇ ASI ਸੁਰਿੰਦਰ ਕੁਮਾਰ, ਪੁਲਿਸ ਸਟੇਸ਼ਨ ਸਿਟੀ ਕੈਥਲ। ਹਾਂਜੀ, ਇਹ ਹਮ ਆਰੋਪੀ ਕੋ ਗ੍ਰਿਫਤਾਰ ਕਰਨੇ ਆਏ ਥੇ। ਇਹ 27/8/2022 ਕਾ ਮੁਕਦਮਾ ਹੈ, 460 ਨੰਬਰ, 406-420 ਕਾ, 7.5 ਲੱਖ ਕੀ ਇਸਮੇ ਧੋਖਾਧੜੀ ਕਰੀ ਹੈ ਵਿਦੇਸ਼ ਭੇਜਣੇ ਕੇ ਨਾਮ ਪਰ। ਇਸਮੇ ਬਾਈ ਨੇ ਮੁਲਜ਼ਿਮ ਹੈ ਸਚਿਨ ਸਨੋਪ ਓਮ ਪ੍ਰਕਾਸ਼ ਵਾਸੀ ਰਾਣਾ ਪੰਜਗਰੇ। ਉਸ ਸੰਬੰਧ ਮਾਂ ਜਿਸ ਕੋ ਪਹਿਲੇ ਨੋਟਿਸ ਦੇ ਗਏ ਹੈ ਅਰੈਸਟ ਕਰਨੇ ਕੇ ਲਈ ਆਏ ਥੇ, ਪਹਿਲੇ ਗੁਰੂ ਸਾਹ ਥਾਣਾ ਮੈਂ ਗਏ ਥੇ, ਵਹਾਂ ਸੇ ਕਰਮਚਾਰੀ ਕੋ ਸਾਥ ਲੇ ਕੇ ਪੁਲਿਸ ਹੈਲਪ ਲੇ ਕੇ ਗਾਉਂ ਪਹੁੰਚੇ ਥੇ। ਆਰੋਪੀ ਆਪਣੇ ਘਰ ਸੇ ਬੈਗ ਗਿਆ ਥਾ, ਸਚਿਨ ਉਸਕੋ ਕਾਬੂ ਕਰ ਲਿਆ ਥਾ, ਕਾਬੂ ਕਰਕੇ ਪੂਛਤਾਛ ਕਰ ਰਹੇ ਥੇ। ਇਤਨੀ ਦੇਰ ਮੈਂ ਉਸਕੇ ਪਰਿਵਾਰ ਕਾ ਉਸਕਾ ਪਾਪਾ ਚਾਚਾ ਬਾ ਔਰ ਪਰਿਵਾਰ ਕੇ ਅਨਯ ਸਦਸਯ 10-12 ਵਿਅਕਤੀਓ ਨੇ ਪੁਲਿਸ ਟੀਮ ਪਰ ਹਮਲਾ ਕਰ ਦਿਆ ਔਰ ਉਸਕੋ ਛੁਟਾ ਕੇ ਲੈ ਗਏ। ਗਾਡੀ ਮੇਂ ਕੇ ਵੀ ਸਾਥ ਤੋੜ ਫੋੜ ਕਰੀ ਹੈ ਔਰ ਹਮਾਰਾ ਮੋਬਾਈਲ ਵੀ ਤੋੜ ਦਿਆ ਔਰ ਮਾਰਪੀਟ ਕਰੀ ਹੈ। ਤੇ ਡਰਾਈਵਰ ਕੇ ਸਾਥ ਹੀ ਜੀ ਜੀ ਮਾਰਾ ਗਿਆ ਸੁਣੋ। ਹਾਂਜੀ, ਗਾਡੀ ਕਿਤਨੀ ਹੋ ਗਈ ਸਰ? ਕਿਆ ਕਿਆ ਗਾਡੀ ਕਾ ਫਰੰਟ ਕਾ ਸ਼ੀਸ਼ਾ ਹੈ ਔਰ ਸਾਈਡ ਮੇਂ ਤਾਂ ਡੈਮੇਜ ਕਰ ਦੀ ਦੋਨੋਂ ਖਿੜਕੀਆਂ ਵਗੈਰਾ। ਅਭੀ ਜੋ ਜਿਸਕੋ ਲੈ ਕੇ ਆਏ ਵੋ ਅਡਮਿਟ ਕਰਵਾ ਰਹੇ ਸਰ? ਨਹੀਂ ਸਰ, ਮੈਡੀਕਲ ਕਰਵਾਇਆ ਹੈ ਅਭੀ। ਹਾਂ, ਅਬ ਕੰਪਲੇਂਟ ਦੇਗੇ ਉਨਕੇ ਖਿਲਾਫ। ਆਗੇ ਕੀ ਕਾਰਵਾਈ ਜਾ ਰਹੀ ਹੈ? ਆਗੇ ਕੰਪਲੇਂਟ ਦੇਗੇ ਸਰ, ਉਸਕੇ ਅਕੋਰਡਿੰਗ ਜੋ ਵੀ SHO ਸਾਹਿਬ ਹੈ ਗੁਰੂਸਰ ਥਾਣਾ ਕੇ ਵਹੀ ਕਾਰਵਾਈ। ਜੋ ਗੁੰਡਾਗਰਦੀ ਕੀ ਸਰ ਉਨਕੇ ਖਿਲਾਫ SHO ਸਾਹਿਬ ਕਾਰਵਾਈ ਕਰ। ਗੁੰਡਾਗਰਦੀ ਕੀ ਸਰ? ਜੀ ਜੀ ਬਿਲਕੁਲ, ਗੁੰਡਾਗਰਦੀ ਕਰੀ ਪੁਲਿਸ ਕੇ ਸਾਥ, ਗੁੰਡਾਗਰਦੀ ਕਰੀ ਔਰ ਇੱਕ ਆਰੋਪੀ ਕੋ ਛੁਟਾ ਕਰ ਲੈ ਗਏ। ਹਾਂਜੀ, ਸਕਾਈ ਨਿਊਜ਼ ਪੰਜਾਬ ਦੇ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।